ਸਾਂਝਾ ਦਾਇਕਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਅਸੀਂ ਪਹੁੰਚੇ ਹਾਂ ਮਾਡਲ ਟਾਊਨ, ਔਰ ਮਾਡਲ ਟਾਊਨ ਦੇ ਵਿੱਚ ਜੇਕਰ ਤੁਸੀਂ ਬਿੱਟੂ ਪਰਦੇਸੀ ਨਹੀਂ ਪਹੁੰਚੇ ਤਾਂ ਕੁਛ ਖਾਧੇ ਨਾ ਸਮਝੋ। देखो जी, ये जो प्लेस हैगी आ ये एक उदा की जगह हैगी जिथों के पॉश एरिए जलंधर के जिन्हें भी लोग आ तुसीं देख सकते हो आले दुआले गड्डियां खड़ियां आ। सो इत्थे जिहड़े भी पॉश एरिए लोग ते नॉर्मल लोग सारे जने आके इत्थे बिट्टू परदेसी दे आके खांदे आ गोल गप्पे टिक्की जो भी स्नैक फूड जिहनूं कहिंदे ना आपां डिनर तों पहलां जिहड़ा चीज़ खाने आ। सो इत्थे आके बहुत सारिया फैमिलियां वह इतने आके खादियाँ। तुसीं अक्सर आने हो इत्थे, की टेस्ट करदे हो? देखो मैं अक्सर अपनी फैमिली दे नाल इत्थे आउंदा, सो इत्थे आके आपां अलग अलग जायके लईदे जिदा कि गोल गप्पे हो गए, टिक्की हो गई, फिर इन्हां दी एक टोकरी चाट बहुत मशहूर है वह हुंदी है, फिर नाल इन्हां दे स्प्रिंग रोल ते होर फास्ट फूड बर्गर हो गया, नूडल हो गया, ते नाल नाल इन्हां दा मिल्क बदाम गर्मियां दे विच। सो इदां दीआं चीज़ां ते बहुत सारा हुण तां पहले जदों तों असीं आउंदे उदों तां बहुत घट आइटमां हुंदियां सी, हुण तां जिवें जिवें तरक्की हुई है ते इन्हां ने आइटमां बहुत सारियां वधातियां हुईआं है। ਸਾਡੇ ਨਾਲ ਇਸ ਵੇਲੇ ਸ਼ੋਪ ਦੇ ਓਨਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਅੱਛਾ ਭਾਅ ਜੀ, ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਸ਼ੋਪ ਚਲਾਉਂਦੇ ਨੂੰ? ਭਾਅ ਜੀ 10-15 ਸਾਲ ਹੋ ਗਏ ਪਾਪਾ ਨੂੰ। ਇਸ ਕੰਮ ਦੇ ਵਿੱਚ ਕਿੱਦਾਂ ਇੰਟਰਸਟ ਹੈਗਾ ਤੁਹਾਡਾ? ਬਹੁਤ ਵਧੀਆ ਭਾਅ ਜੀ, ਸ਼ੁਰੂ ਤੋਂ ਹੀ ਮੈਂ ਇਸ ਕੰਮ ਦੇ ਵਿੱਚ ਪੈ ਗਿਆ ਸੀਗਾ ਜਦੋਂ 8ਵੀਂ ਕਲਾਸ ਸੀਗਾ, ਉਦੋਂ ਤੋਂ ਮੈਂ ਸ਼ੋਪ 'ਤੇ ਆਉਣਾ ਸ਼ੁਰੂ ਕਰ ਦਿੱਤਾ ਸੀਗਾ। ਵੈਸੇ ਕਹਾਵਤ ਹੁੰਦੀ ਹੈ ਹਲਵਾਈ ਕਦੀ ਵੀ ਆਪਣਾ ਮਿਠਾਈ ਆਪ ਨਹੀਂ ਖਾਂਦਾ, ਤੁਹਾਨੂੰ ਇੱਥੇ ਦਾ ਟੇਸਟ ਕਿੱਦਾਂ ਲੱਗਦਾ ਪਹਿਲਾਂ ਉਹ? ਸਭ ਕੁਝ ਵਧੀਆ ਭਾਅ ਜੀ, ਇਹ ਤਾਂ ਹੁਣ ਕਸਟਮਰ 'ਤੇ ਡਿਪੈਂਡ ਕਰਦਾ ਉਹਦੇ ਟੇਸਟ 'ਤੇ, ਉਹਨੂੰ ਕਿੱਦਾਂ ਦਾ ਪਸੰਦ ਹੈ ਕਿੱਦਾਂ ਦਾ ਨਹੀਂ। ਆਪਣੇ ਵੱਲੋਂ ਤੁਸੀਂ ਬੈਸਟ ਹੀ ਸਰਵ ਕਰਦੇ? ਹਾਂਜੀ ਹਾਂਜੀ ਹਾਂਜੀ। ਅੱਛਾ, ਸਭ ਤੋਂ ਜ਼ਿਆਦਾ ਵਿਕਣ ਵਾਲੀ ਆਈਟਮ ਕਿਹੜੀ ਹੈ ਤੁਹਾਡੇ? ਭਾਈ ਟਿੱਕੀ ਚਾਟ, ਨਿਊਡਲ, ਮਨਚੂਰੀਅਨ, ਡੋਸਾ, ਸਭ ਕੁਝ ਵੈਸੇ ਹੈ, ਬਾਕੀ ਟਿੱਕੀ ਚਾਟ ਜ਼ਿਆਦਾ ਹੁੰਦਾ। ਜੇ ਮੈਂ ਗੱਲ ਕਰਾਂ ਤਾਂ ਇੱਥੇ ਸਵੀਗੀ ਜਾਂ ਜ਼ੋਮੈਟੋ ਦੀ ਵੀ ਕਾਫੀ ਭਰਮਾਰ ਰਹਿੰਦੀ ਹੈਗੀ, ਉਹ ਆਰਡਰ ਕਿਹੜਾ ਲੈ ਕੇ ਜਾਂਦੇ ਸਭ ਤੋਂ ਜ਼ਿਆਦਾ? ਜੀ ਔਨਲਾਈਨ ਆਰਡਰ ਕਸਟਮਰ ਘਰ ਬੈਠੇ ਮੰਗਾਉਂਦਾ, ਕਈ ਵਾਰੀ ਜ਼ੋਮੈਟੋ ਸਵੀਗੀ 'ਤੇ ਬਾਹਰ ਨਹੀਂ ਆ ਸਕਦੇ, ਫਿਰ ਕਰੋਨਾ ਕਰਕੇ ਅੱਜ ਕੱਲ੍ਹ ਔਨਲਾਈਨ ਕੰਮ ਹੀ ਚੱਲਦਾ ਇਸੇ ਕਰਕੇ ਜ਼ੋਮੈਟੋ ਸਵੀਗੀ ਦੀ ਔਨਲਾਈਨ ਹੁੰਦੀ ਹੈ। ਸਭ ਤੋਂ ਬੈਸਟ ਜੇ ਤੁਸੀਂ ਸਾਨੂੰ ਸਰਵ ਕਰਨਾ ਚਾਹੋ ਤਾਂ ਕੀ ਸਰਵ ਕਰੋਗੇ? ਸਭ ਕੁਝ ਹੀ ਬੈਸਟ ਆ, ਹੁਣ ਤੁਹਾਡੇ 'ਤੇ ਡਿਪੈਂਡ ਆ ਤੁਸੀਂ ਕੀ ਖਾਣਾ ਚਾਹੁੰਦੇ ਹੋ, ਆਈਟਮ ਹੀ ਬੜੀ ਹੈ, ਹੁਣ ਇਕੱਲੀ ਇਕੱਲੀ ਦੱਸ ਰਹੀ। ਸਪੈਸੀਫਿਕ ਮੈਂ ਤਾਂ ਚਾਟ ਹੀ ਪ੍ਰੈਫਰ ਕਰਾਂਗਾ, ਗਰਮੀਆਂ ਦੇ ਵਿੱਚ ਵੈਸੇ ਵੀ ਠੰਡੀ ਚੀਜ਼ ਖਾਣੀ ਚਾਹੀਦੀ ਹੈ। ਮੈਂ ਤੁਹਾਨੂੰ ਦੱਸਾਂ ਕਿ ਅਸੀਂ ਇੱਥੇ ਬਹੁਤ ਚਿਰ ਤੋਂ ਕਾਲਜ ਟਾਈਮ ਤੋਂ ਇੱਥੋਂ ਆ ਰਹੇ ਹਾਂ, ਸੋ ਜਦੋਂ ਉਹਨਾਂ ਨੇ ਦੱਸਿਆ 10-15 ਸਾਲ ਤੋਂ ਉਸ ਟਾਈਮ ਦੇ ਉੱਤੇ ਇੱਥੇ ਜਿੱਥੇ ਹੁਣ ਕਿਚਨ ਹੈ ਇਹਨਾਂ ਦੀ ਇੱਥੇ ਕੇਰਾਂ ਲੱਗਦੀਆਂ ਹੁੰਦੀਆਂ ਸੀ, ਸੋ ਅਸੀਂ ਆ ਕੇ ਇੱਥੇ ਚਾਟ ਖਾਈ ਦੀ ਸੀ, ਡੋਸਾ ਖਾਈਦਾ ਸੀ, ਜਿੱਦਾਂ ਜਿਸ ਚੀਜ਼ ਦਾ ਮੂਡ ਹੋਵੇ ਉਹ ਆ ਕੇ ਖਾਈ ਦੀ ਸੀ, ਮਿਲਕ ਬਦਾਮ ਇਹਨਾਂ ਦਾ ਬਹੁਤ ਪੀਦਾ ਸੀ ਗਰਮੀਆਂ ਦੇ ਵਿੱਚ, ਟਿੱਕੀ ਖਾਈ ਦੀ ਸੀ। ਸੋ ਜਿਹੜੀਆਂ ਕਿ ਬੇਸਿਕ ਸਾਡੀਆਂ ਇੰਡੀਅਨ ਸਨੈਕ ਹੈਗੇ ਆ ਉਹ ਸਾਰੇ ਇਹਨਾਂ ਦੇ ਵਧੀਆ, ਉਹ ਸਾਰੇ ਆ ਕੇ ਆਪਾਂ ਖਾਧੇ ਹੋਏ ਆ। ਸੋ ਮੇਰੇ ਹਿਸਾਬ ਨਾਲ ਜਿੱਦਾਂ ਕਿ ਹੁਣ ਸ਼ਾਮ ਦਾ ਟਾਈਮ ਆ ਅਤੇ ਹੁਣ ਇੱਕ ਆਪਾਂ ਚਾਟ ਕਹਿੰਦੇ ਹਾਂ ਕਿਤੇ ਇੱਕ ਚਾਟ ਦਾ ਟੇਸਟ ਲੈਂਦੇ ਹਾਂ ਅਤੇ ਇੱਕ ਡੋਸੇ ਦਾ ਟੇਸਟ ਜ਼ਰੂਰ ਲਵਾਂਗੇ, ਤਾਂ ਕਿ ਜਿਹੜਾ ਈਵਨਿੰਗ ਫੂਡ ਆ ਉਹ ਆਪਣਾ ਜਿਹੜਾ ਹੈਗਾ ਇੱਕ ਵਧੀਆ ਚੀਜ਼ ਦੇ ਨਾਲ ਆਪਾਂ ਜਿਹੜਾ ਤੁਹਾਨੂੰ ਸ਼ਾਮ ਦਾ ਸਨੈਕ ਆ ਉਹ ਆਪਾਂ ਇੱਥੇ ਟੇਸਟ ਕਰ ਸਕੀਏ। ਸੋ ਆ ਬਿੱਟੂ ਪਰਦੇਸੀ ਜਿਹੜੀ ਚਾਟ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਆ ਆਲੂ ਜਿਹੜਾ ਆ ਆਲੂ ਦੀ ਸਲਾਈਸ ਬਹੁਤ ਵਧੀਆ, ਤੁਸੀਂ ਲੱਛੇ ਦੇਖ ਸਕਦੇ ਹੋ ਅਦਰਕ ਦੇ ਲੱਛੇ ਅਤੇ ਨਾਲ ਚਿਕੰਦਰ ਦੇ ਲੱਛੇ ਹੈਗੇ ਆ। ਸੋ ਭੱਲੇ ਬਹੁਤ ਹੀ ਵਧੀਆ ਇਹਨਾਂ ਨੇ ਮੈਰੀਨੇਟ ਕਰਕੇ ਵਿੱਚ ਪਾਏ ਹੋਏ ਆ, ਬਹੁਤ ਹੀ ਸੌਫਟ ਭੱਲੇ ਆ, ਆਹ ਤੁਸੀਂ ਆਲੂ ਦੇਖ ਸਕਦੇ ਹੋ। ਸੋ ਇਸ ਕਰਕੇ ਅਸੀਂ ਪੌਸ਼ ਏਰੀਏ ਦੇ ਵਿੱਚ ਖੜ੍ਹੇ ਹਾਂ ਅਤੇ ਮੋਸਟਲੀ ਅਸੀਂ ਬਹੁਤ ਬੰਦਿਆਂ ਨੂੰ ਪੁੱਛਿਆ ਰਿਵਿਊ ਦੇ ਦਿਓ ਅਤੇ ਥੋੜ੍ਹਾ ਜਿਹਾ ਲੋਕ ਹਿਚਕਚਾਏ ਰਿਵਿਊ ਦੇਣ ਲਈ, ਇਸ ਕਰਕੇ ਅਸੀਂ ਆਪ ਹੀ ਖਾ ਕੇ ਤੁਹਾਨੂੰ ਇਹਦਾ ਰਿਵਿਊ ਦੱਸਾਂਗੇ ਕਿ ਕਿਸ ਟਾਈਪ ਦਾ ਇਹ ਹੈਗਾ ਆ। ਸੋ ਮੈਂ ਥੋੜ੍ਹਾ ਜਿਹਾ ਭੱਲਾ ਲੈਂਦਾ, ਸੋ ਭੱਲੇ ਦੇ ਨਾਲ ਇੱਕ ਲੱਛਾ ਅਦਰਕ ਦਾ ਅਤੇ ਇੱਕ ਲੱਛਾ ਨਾਲ ਲਿਆ ਚਿਕੰਦਰ ਦਾ, ਜਿਹੜਾ ਅਦਰਕ ਅਤੇ ਚਿਕੰਦਰ ਦਾ ਟੇਸਟ ਹੈ ਨਾ ਉਹ ਭੱਲੇ ਨੂੰ ਹੋਰ ਵੀ ਜ਼ਿਆਦਾ ਟੇਸਟੀ ਬਣਾਉਂਦਾ। ਇਹਨਾਂ ਦੇ ਮਸਾਲੇ ਇੱਕਦਮ ਠੰਡਾ ਭੱਲਾ ਜਿਹੜਾ ਕਿ ਵਾਕਈ ਇੱਕ ਚਾਟ ਦਾ ਟੇਸਟ ਦੇ ਰਿਹਾ। ਸੋ ਇਹਦੇ ਨਾਲ ਆਪਾਂ ਆਲੂ ਦਾ ਕੋਂਬੀਨੇਸ਼ਨ ਦੇਖਦੇ ਕਿਉਂਕਿ ਆਪਾਂ ਆਲੂ ਇਸ ਇੱਦਾਂ ਚਾਟ ਦੇ ਵਿੱਚ ਨਹੀਂ ਦੇਖਿਆ, ਦਿੱਲੀ ਸਟਾਈਲ ਆ, ਦਿੱਲੀ ਦੇ ਵਿੱਚ ਆਲੂ ਚਾਟ ਮਿਲਦੀ ਹੁੰਦੀ ਹੈ। ਸੋ ਤੁਸੀਂ ਤਾਂ ਅਕਸਰ ਬੰਬੇ ਜਾਂਦੇ ਰਹਿੰਦੇ ਹੋ, ਉੱਥੇ ਕੀ ਮਿਲਦਾ?
ਨਹੀਂ ਬੰਬੇ ਦੇ ਵਿੱਚ ਦੇਖੋ ਬੰਬੇ ਦੀ ਜਿਹੜੇ ਹੈਗਾ ਚੌਪਾਟੀ ਆ ਉੱਥੇ ਟਾਈਪ ਹੋਰ ਟਾਈਪ ਦਾ ਥੋੜ੍ਹਾ ਜਿਹਾ ਸਮਾਨ ਮਿਲਦਾ ਉਹਨਾਂ ਦਾ ਟੇਸਟ ਇੱਥੇ ਦੇ ਟੇਸਟ ਦਾ ਫਰਕ ਬਹੁਤ ਹੈ ਕਿਉਂਕਿ ਪੰਜਾਬੀ ਦਾ ਟੇਸਟ ਉਹਨਾਂ ਥੋੜ੍ਹਾ ਤਿੱਖਾ ਜ਼ਿਆਦਾ ਹੁੰਦਾ ਥੋੜ੍ਹਾ ਜਿਹਨੂੰ ਕਹਿ ਦਈਏ ਨਾ ਉਹ ਮਿਰਚ ਦਾ ਜ਼ਿਆਦਾ ਇਸਤੇਮਾਲ ਕਰਦੇ ਸੋ ਇਹਦੇ ਵਿੱਚ ਆ ਜਿਹੜੀ ਆਲੂ ਚਾਟ ਹੈ ਇਹ ਦਿੱਲੀ ਦੇ ਵਿੱਚ ਜ਼ਿਆਦਾ ਮਿਲਦੀ ਆ ਤੁਸੀਂ ਕਨੌਟ ਪਲੇਸ ਚਲ ਜਾਓ ਕਿਤੇ ਵੀ ਚਲ ਜਾਓ ਤੁਹਾਨੂੰ ਉੱਥੇ ਆਲੂ ਚਾਟ ਬਹੁਤ ਮਿਲੇਗੀ ਇਹਦੇ ਵਿੱਚ ਹੁਣ ਆਲੂ ਦਾ ਸਲਾਈਸ ਪਾਇਆ ਸੋ ਆਲੂ ਆਪਾਂ ਭੱਲੇ ਦੇ ਨਾਲ ਖਾ ਕੇ ਦੇਖਦੇ ਹਾਂ ਬਾਕੀ ਬਹੁਤ ਵਧੀਆ ਜ਼ਾਇਕਾ ਆਉਂਦਾ ਨਾਲ ਇੱਕ ਆ ਪਾਪੜੀ ਖਾਂਦੇ ਹਾਂ ਪਾਪੜੀ ਅਤੇ ਭੱਲਾ ਸੋ ਮੈਂ ਦੱਸਣਾ ਚਾਹੂੰਗਾ ਕਿ ਥੋੜ੍ਹਾ ਜਿਹਾ ਲਿਬ ਲਿਬੜੇ ਵਾਲਾ ਕੰਮ ਆ ਪਰ ਵਧੀਆ ਅਲਟੀਮੇਟ ਬਹੁਤ ਵਧੀਆ ਈਵਨਿੰਗ ਦਾ ਤੁਹਾਡਾ ਸਨੈਕ ਰੂਹ ਖੁਸ਼ ਕਰ ਦਿੰਦਾ ਸੋ ਹੁਣ ਆਪਾਂ ਦੇ ਇਹਨਾਂ ਤੋਂ ਇੱਕ ਪਨੀਰ ਡੋਸਾ ਔਡਰ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਫਿਲਡ ਹੈਗਾ ਫਿਲਿੰਗ ਦੇਖੋ ਤੁਸੀਂ ਪਨੀਰ ਦੀ ਕਿੰਨੀ ਜ਼ਿਆਦਾ ਹੈਗੀ ਆ ਨਾਲ ਹੀ ਜਿਹੜੀ ਕੈਚਅਪ ਦੇਣ ਦਾ ਸਟਾਈਲ ਬਹੁਤ ਵਧੀਆ ਪੈਕਡ ਕੈਚਅਪ ਦੇ ਰਹੇ ਜਿਹੜੀ ਕਿ ਵਧੀਆ ਚੀਜ਼ ਹੈਗੀ ਆ ਅਤੇ ਜੇ ਆਪਾਂ ਕਰੀਏ ਆ ਜਿਹੜਾ ਸਾਂਬਰ ਆ ਨਾਈਸ ਟੇਸਟ ਏਟ ਆਊਟ ਆਫ ਟੈਨ ਸੋ ਬਹੁਤ ਹੀ ਬਿਹਤਰੀਨ ਡੋਸਾ ਈਵਨਿੰਗ ਸਨੈਕ ਬਿੱਟੂ ਪਰਦੇਸੀ ਜਲੰਧਰ 'ਚ ਮੈਂ ਰੈਕਮੈਂਡ ਕਰਦਾ ਕਿ ਜੇ ਤੁਸੀਂ ਈਵਨਿੰਗ ਨੂੰ ਜਲੰਧਰ ਦੇ ਵਿੱਚ ਹੋ ਤਾਂ ਬਿੱਟੂ ਪਰਦੇਸੀ ਜ਼ਰੂਰ ਆਓ ਇਹ ਪਨੀਰ ਭੁਰਜੀ ਦਾ ਹੈਗਾ ਡੋਸਾ ਸੋ ਜਿਹੜੇ ਵੈਜੀਜ਼ ਹੈਗੇ ਨੇ ਜਿਹੜੇ ਨੌਨ ਵੈਜ ਨਹੀਂ ਖਾਂਦੇ ਜਾਂ ਜਿਹੜੇ ਨੌਨ ਵੈਜ ਵੀ ਖਾਂਦੇ ਨੇ ਉਹ ਕੋਈ ਇੱਦਾਂ ਦੀ ਚੀਜ਼ ਖਾਣਾ ਚਾਹੁੰਦੇ ਨੇ ਇੱਥੇ ਆ ਕੇ ਤਾਂ ਉਹਨਾਂ ਲਈ ਆ ਪਨੀਰ ਡੋਸਾ ਬਹੁਤ ਵਧੀਆ ਕਿਉਂਕਿ ਇੱਗ ਭੁਰਜੀ ਦੇ ਟੇਸਟ ਵਰਗਾ ਇਹਦਾ ਟੇਸਟ ਹੈਗਾ ਆਂਡਿਆਂ ਦੀ ਭੁਰਜੀ ਦਾ ਬਹੁਤ ਹੀ ਵਧੀਆ ਡੋਸਾ ਆ ਸੋ ਤੁਸੀਂ ਦੇਖ ਸਕਦੇ ਹੋ ਸਾਊਥ ਇੰਡੀਆ ਦਾ ਫਲੇਵਰ ਜਲੰਧਰ ਸੋ ਹੁਣੇ ਅਸੀਂ ਟੇਸਟ ਕੀਤਾ ਇੱਕ ਬਰਗਰ ਨਾਲ ਦੇ ਨਾਲ ਅਸੀਂ ਟੇਸਟ ਕੀਤੀ ਚਾਟ 'ਤੇ ਔਰ ਨਾਲ ਹੀ ਟੇਸਟ ਕੀਤਾ ਅਸੀਂ ਡੋਸਾ ਜਿਹੜਾ ਪਨੀਰ ਡੋਸਾ ਸੀਗਾ ਰਿਵਿਊ ਤੁਹਾਨੂੰ ਜਸਪ੍ਰੀਤ ਜੀ ਦੇ ਚੁੱਕੇ ਨੇ ਵੈਸੇ ਮੈਂ ਵੀ ਟੇਸਟ ਕੀਤਾ ਸੀਗਾ ਔਰ ਬਹੁਤ ਹੀ ਲਾਜਵਾਬ ਜਿੱਦਾਂ ਇਹਨਾਂ ਨੇ ਕਿਹਾ ਵਾਕਈ ਤਾਰੀਫ ਦੇ ਕਾਬਿਲ ਹੈਗਾ ਟੇਸਟ ਜਿਹੜਾ ਹੈਗਾ ਇਹਨਾਂ ਦਾ ਜੇਕਰ ਤੁਸੀਂ ਵੀ ਜਲੰਧਰ ਦੇ ਵਿੱਚ ਹੈਗੇ ਹੋ ਤਾਂ ਮਾਡਲ ਟਾਊਨ ਦੇ ਇਲਾਕੇ ਦੇ ਵਿੱਚ ਬਿੱਟੂ ਪਰਦੇਸੀ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਈਵਨਿੰਗ ਸਨੈਕਸ ਇਹਨਾਂ ਤੋਂ ਬੈਸਟ ਕੋਈ ਵੀ ਨਹੀਂ ਸਰਵ ਕਰ ਰਿਹਾ